on the stage, tab number 113, Shalu Verma. Tab number 113, Shalu Verma, Liko Azor Dartali. मतलब
ਜਿੱਥੇ ਜਿੱਦਾਂ ਦਾ ਮਾਹੌਲ ਹੈ, ਮਤਲਬ ਜਿੱਦਾਂ ਤੁਹਾਡੇ ਵਿੱਚ ਪੰਜਾਬੀਅਤ ਚਾਹੀਦੀ ਹੈ, ਉਸ ਟਾਈਮ ਤੁਹਾਡੇ 'ਚ ਪੰਜਾਬੀਅਤ ਹੋਣੀ ਚਾਹੀਦੀ, ਤੁਹਾਨੂੰ ਸਭ ਕੁਛ ਹੀ ਆਉਣਾ ਚਾਹੀਦਾ, ਤੁਸੀਂ ਵੈਸਟਰਨ ਕਲਚਰ ਦੇ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਹੈ, ਪੰਜਾਬੀਅਤ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਹੈ, ਕਿ ਅਸੀਂ ਜਿੱਥੇ ਵੀ ਜਾਈਏ ਉਸ ਮਾਹੌਲ ਦੇ ਵਿੱਚ ਜਾ ਕੇ ਸਾਡੇ ਵਿੱਚ ਇੱਕ ਚੀਜ਼ ਨਾ ਚੱਲੀਏ, ਬਟ ਓਵਰਆਲ ਪੂਰਾ ਆਪਣਾ ਪ੍ਰੈਜੈਂਟੇਸ਼ਨ ਦੇਈਏ ਅਸੀਂ, ਕਿ ਅਸੀਂ ਕਿਸੇ ਤੋਂ ਵੀ ਪਿੱਛੇ ਨਾ ਰਹੀਏ, ਕਿ ਕੋਈ ਸਾਨੂੰ ਆਏ ਵੀ ਨਾ ਕਹਿ ਰਹੇ ਕਿ ਸਾਨੂੰ ਨੌਲੇਜ ਨਹੀਂ ਹੈ, ਮਾਹੌਲ ਦੇ ਨਾਲ ਹੀ ਜੜ੍ਹਾਂ ਨਾਲ ਵੀ ਜੁੜ ਕੇ ਰਹਿਣਾ ਚਾਹੀਦਾ, ਬਟ ਆਉਣਾ ਵੀ ਸਭ ਕੁਛ ਚਾਹੀਦਾ, ਮੇਰਾ ਇਹ ਮੈਂ ਚਾਹੁੰਦੀ ਸੀ। ਠੀਕ ਹੈ ਜੀ, ਥੈਂਕ ਯੂ। ਤੁਸੀਂ ਕੋਈ ਹੋਰ ਕੁਐਸਚਨ? ਤੁਸੀਂ ਕੋਲ ਇਨ ਸ਼ਾਰਟ ਜੇ ਮੈਂ ਕਹਾਂ, ਵੈਸਟਰਨਾਈਜੇਸ਼ਨ ਅਡਾਪਟ ਕਰੋ, ਕੋਈ ਮਾੜੀ ਗੱਲ ਨਹੀਂ ਹੈ, ਬਟ ਰੂਟਸ ਨਾ ਭੁੱਲੋ। ਜਿਹੜਾ ਕਲਚਰ ਹੈ ਤੁਹਾਡਾ ਕਲਚਰ, ਜ਼ਰੂਰੀ ਨਹੀਂ ਕੱਪੜਿਆਂ ਤੋਂ ਦੇਖਣਾ ਤੁਹਾਡਾ ਸੰਸਕ੍ਰਿਤੀ। ਮੈਂ ਮਾਲਵੇ ਦੀ, ਮੈਂ ਬਾਕੀ ਖੜੀ ਹਾਂ ਤੁਹਾਡੇ ਸਾਹਮਣੇ। ਬਿਲਕੁਲ ਐਗਜ਼ੈਕਟਲੀ। ਸੋ ਆਪਣੇ ਰੂਟਸ ਕਦੇ ਨਾ ਭੁੱਲੋ, ਆਪਣੇ ਟ੍ਰੈਡੀਸ਼ਨ ਕਦੇ ਨਾ ਭੁੱਲੋ। ਬਾਕੀ ਵੈਸਟਰਨਾਈਜੇਸ਼ਨ ਅਡਾਪਟ ਕਰਨਾ ਵੀ ਮਾੜੀ ਗੱਲ ਨਹੀਂ, ਆਪਾਂ ਸਾਰੇ ਵੈਸਟਰਨਾਈਜੇਸ਼ਨ ਅਡਾਪਟ ਕਰ ਰਹੇ ਹਾਂ, ਬਟ ਆਪਣੀ ਬੋਲੀ ਨੂੰ ਬਿਲਕੁਲ ਲੈ ਕੇ ਜਾਣਾ ਚਾਹੀਦਾ ਪੰਜਾਬੀ ਵਿੱਚ। ਇਹ ਕੌਨਫੀਡੈਂਸ ਆਪਣੇ ਆਪ 'ਚ ਵੀ ਹੋਰ ਥੋੜ੍ਹਾ ਇਨਕਰੀਜ਼ ਕਰਕੇ ਲੈ ਕੇ ਆਉਣਾ ਨੈਕਸਟ ਟਾਈਮ। So let's have a huge round of applause for track number 113, Shalu Verma. Now, Jimmy ki sare judges baar baar keh rahe hain ki aap please smile na bolo, because jab tum smile karte ho judges bhi double smile karte hain, thode marks bhi increase honge, ta smile karna na bolo. Next, inviting the next participant on the stage, track number 114, Navya Kaura. So let's have a huge round of applause. ਬਿਊਟੀ ਪੈਜੈਂਟਸ ਲਈ ਸ਼ੁਰੂ ਹੋ ਚੁੱਕੀ ਸੀ, ਮਿਸ ਫਰੈਸ਼ਰ ਤੋਂ ਲੈ ਕੇ ਮਿਸ ਫੇਅਰਵੈਲ ਤੱਕ, ਮਿਸ ਪਨਾਸ਼, ਮਿਸ ਵਿਰਾਸਤ, ਇਹ ਸਾਰੇ ਟਾਈਟਲਸ ਮੈਂ ਜਿੱਤ ਚੁੱਕੀ ਹਾਂ ਆਪਣੇ ਕਾਲਜ ਦੇ ਵਿੱਚ, ਅਤੇ ਇਹ ਜਿਹੜਾ ਕੌਨਫੀਡੈਂਸ ਹੈ ਇਹ ਸਾਰਾ ਮਤਲਬ ਮੈਂ ਉੱਥੋਂ ਹੀ ਮਿਲਿਆ ਮੈਨੂੰ, ਅਤੇ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ, ਅਤੇ ਵਿਆਹ ਤੋਂ ਬਾਅਦ ਵੀ ਮੇਰੀ ਬਹੁਤ ਖੁਸ਼ਨਸੀਬੀ ਹੈ ਕਿ ਮੈਨੂੰ ਐਸੀ ਫੈਮਿਲੀ ਮਿਲੀ ਜਿਹਨੇ ਮੈਨੂੰ ਪ੍ਰਮੋਟ ਕੀਤਾ, ਰੋਕਿਆ ਕਦੇ ਵੀ ਨਹੀਂ, ਅਤੇ ਮੇਰੇ ਮਦਰ ਇਨ ਲਾਅ ਨਾਲ ਆਏ ਹੋਏ ਆ, ਮੇਰਾ 10 ਮੰਥਸ ਦੇ ਛੋਟੇ ਬੇਬੀ ਨੂੰ ਬੜੇ ਅੱਛੇ ਤਰੀਕੇ ਨਾਲ ਹੈਂਡਲ ਕਰਦੇ, ਮਤਲਬ ਇਟ ਇਜ਼ ਆਲ ਅਬਾਊਟ ਦੀ ਸਪੋਰਟ ਦੈਟ ਯੂ ਗੈਟ ਫਰੋਮ ਯੋਰ ਫੈਮਿਲੀ, ਅਤੇ ਮੈਨੂੰ ਲੱਗਦਾ ਕਿ ਮੈਂ ਬਹੁਤ ਲੱਕੀ ਹਾਂ, ਅਤੇ ਰੀਸੈਂਟਲੀ ਮੈਂ ਮਿਸਿਸ ਇੰਡੀਆ ਗਲੋਬ 2019 ਵਿੱਚ ਮੋਸਟ ਅਟਰੈਕਟਿਵ ਪਰਸਨੈਲਿਟੀ ਦਾ ਟਾਈਟਲ ਵਿਨ ਕੀਤਾ, ਜੋ ਕਿ ਡੈਲੀ ਵਿੱਚ ਹੋਇਆ ਸੀ, ਅਤੇ ਅੱਜ ਮੈਂ ਇੱਥੇ ਹਾਂ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਮੈਂ ਪੰਜਾਬ ਦੀ ਜੰਮੀ ਪੱਲੀ ਹਾਂ, ਅਤੇ ਜੇ ਮਿਸਿਸ ਇੰਡੀਆ ਵਿੱਚ ਜਾ ਸਕਦੀ ਹਾਂ ਤਾਂ ਮਿਸਿਸ ਪੰਜਾਬ ਦਾ ਤਾਜ ਮੈਂ ਆਪਣੇ ਸਿਰ 'ਤੇ ਜ਼ਰੂਰ ਪਹਿਣਾ ਚਾਹੁੰਦੀ ਹਾਂ। ਥੈਂਕ ਯੂ ਸੋ ਮੱਚ। ਫਸਟ ਆਫ ਆਲ ਮੈਂ ਪੁੱਛਾਂਗੀ, ਜਿਹੜੇ ਉੱਧਰ ਖੜੇ ਨੇ ਉਹ ਤੁਹਾਡੇ ਮਾਮਾ ਨੂੰ ਲਾਉਂਦੇ? ਐਕਚੁਲੀ ਮੈਂ ਉਹਨਾਂ ਨੂੰ ਨਾ ਮਦਰ ਇਨ ਲਾਅ ਦਾ ਮੈਂ ਇੱਕ ਸ਼ਬਦ ਥੋੜ੍ਹਾ ਚੇਂਜ ਕਰਤਾ, ਕਿਉਂਕਿ ਕਿਹਾ ਜਾਂਦਾ ਕਿ ਜੋ ਫੀਲਿੰਗਸ ਜੋ ਸਾਰਾ ਕੁਛ ਹੈ ਉਹ ਵਰਡਸ ਐਕਸਪ੍ਰੈਸ ਕਰਦੇ, ਤਾਂ ਮੈਂ ਮਦਰ ਇਨ ਲਾਅ ਨੂੰ ਮਦਰ ਇਨ ਲਵ ਬਣਾਤਾ, ਕਿਉਂਕਿ ਜੋ ਜਿੰਨਾ ਪਿਆਰ ਜਿੰਨੀ ਸਪੋਰਟ ਮੈਨੂੰ ਉਹਨਾਂ ਤੋਂ ਮਿਲਿਆ, ਐਂਡ ਸ਼ੀ ਇਜ਼ ਅ ਸੈਲੀਬ੍ਰਿਟੀ ਸ਼ੈਫ, ਸ਼ੈਫ ਨੀਲੂ ਕੌੜਾ, ਯਾ ਤਾਂ ਮਤਲਬ ਸ਼ੀ ਇਜ਼ ਮਾਈ ਗ੍ਰੇਟ ਇੰਸਪੀਰੇਸ਼ਨ, ਉਹਨਾਂ ਨੇ ਮੈਨੂੰ ਕਦੀ ਨਹੀਂ ਰੋਕਿਆ, ਜੋ ਉਹਨਾਂ ਦਾ ਪੈਸ਼ਨ ਸੀਗਾ ਮੈਂ ਅੱਗੇ ਉਹੀ ਇੰਸਪੀਰੇਸ਼ਨ ਔਰ ਪੈਸ਼ਨ ਦੇ ਨਾਲ ਆਉਂਦੀ ਹਾਂ, ਅਤੇ ਮੇਰਾ ਹੀ ਮੋਟਿਵ ਰਹਿੰਦਾ ਕਿ ਮੈਂ ਬਿਲਕੁਲ ਬੈਸਟ ਦੇਵਾਂ, ਤਾਂ ਕਿ ਮੈਂ ਇੱਕ ਲਾਸਟ ਯੂ ਨੋ ਇੱਕ ਓਵਰ ਲਾਸਟਿੰਗ ਇੰਪ੍ਰੈਸ਼ਨ ਸਭ 'ਤੇ ਛੋੜ ਜਾਵਾਂ, ਕਿ ਉਹ ਯਾਦ ਕਰਨ ਕਿ ਹਾਂ ਉਹ ਵੀ ਆਈ ਸੀ, ਆਈ ਵਾਂਟ ਟੂ ਬੀ ਵਨ ਆਫ ਦੈਮ। ਸੋ ਦੈਟਸ ਗ੍ਰੇਟ। ਇੱਕ ਮੈਂ ਤੁਹਾਨੂੰ ਐਕਸਾਈਟਿੰਗ ਜੀ ਚੀਜ਼ ਦੱਸਦੀ ਹਾਂ, ਤੁਹਾਡਾ ਜਿਹੜਾ ਟੈਗ ਨੰਬਰ ਹੈ 114, ਇਹ ਮੇਰਾ ਟੈਗ ਨੰਬਰ ਸੀ ਬਸ ਫਿਰ ਉਹੀ ਹੋ ਗਿਆ ਨਾ, ਉਹ ਐਕਸਾਈਟਮੈਂਟ ਹੋ ਗਈ। ਓਹ ਦੈਟਸ
ਸਲਾਮ ਸੋ ਦੈਟਸ ਗੁੱਡ ਤੇ ਸਰ ਨਹੀਂ ਮੈਂ ਬਹੁਤ ਇੰਪ੍ਰੈਸਿਵ ਤੁਸੀਂ ਆਪਣੀ ਸਪੀਚ ਦਿੱਤੀ ਬਹੁਤ ਇੰਪ੍ਰੈਸਿਵ ਇੰਟਰੋਡਕਸ਼ਨ ਦਿੱਤੀ ਮੈਨੂੰ ਵਧੀਆ ਲੱਗਿਆ ਅਤੇ ਸਪੈਸ਼ਲੀ ਤੁਹਾਡਾ ਮੇਕਮੈਂਟ ਜਿਹੜਾ ਮਦਰ ਇਨ ਲੋਂਗ ਮਦਰ ਇਨ ਲਵ ਕਰਦਾ ਦੈਟਸ ਹੈ ਨਾ ਫਸਟ ਟਾਈਮ ਮੈਂ ਸੁਣੀ ਆ ਮੈਨੂੰ ਬੜੀ ਇੰਪ੍ਰੈਸਿਵ ਲੱਗਿਆ ਗੱਲ ਸਰ ਆਪਾਂ ਕੁਛ ਸ਼ੁਰੂ ਕਰਾਂਗੇ ਤਾਂ ਹੀ ਅੱਗੇ ਲੋਕ ਸਾਨੂੰ ਦੇਖਣਗੇ ਸਾਡੇ ਤੋਂ ਕੁਛ ਸਮਝਣਗੇ ਕੁਛ ਸਿੱਖ ਲੈਣਗੇ ਅਤੇ ਅੱਗੋਂ ਸ਼ਾਇਦ ਉਹ ਵੀ ਆਪਣੀ ਸਾਸੂ ਮਾਂ ਨਹੀਂ ਮੰਮੀ ਕਹਿਣਗੇ ਇਹ ਮੈਨੂੰ ਲੱਗਦਾ ਪੰਜਾਬ ਦੇ ਕਿਸੇ ਵੀ ਆਪਣਾ ਫੋਕ ਕੋਈ ਵੀ ਚੀਜ਼ ਸੁਣਾ ਸਕਦੇ ਹੋ ਜਿਵੇਂ ਤੁਹਾਡਾ ਪਹਿਰਾਵਾ ਤੁਸੀਂ ਕੀ ਲਿਤਾ ਹੋਇਆ ਕੀ ਕਹਿੰਦੇ ਆਪਾਂ ਸਰ ਇਹ ਤਾਂ ਫੁਲਕਾਰੀ ਹੈ ਠੀਕ ਹੈ ਫੁਲਕਾਰੀ ਦੇ ਵੀ ਗਾਣਾ ਜਾਂ ਬੋਲੀ ਜਸਲੀਨ ਜੀ ਦੀ ਫਰਮਾਇਸ਼ ਹੈ ਕਹਿੰਦੇ ਮਦਰ ਇਨ ਲਵ ਦੇ ਨਾਲ ਤੁਸੀਂ ਰੈਂਪ ਵਾਕ ਕਰਨੀ ਆ ਸ਼ੋਰ ਸ਼ੋਰ ਆਓ ਮੈਂ ਇਹਨੂੰ ਹੀ ਨਾਲ ਹੀ ਲਿਓ Hi, participant number 114, Navya Kaur, who's gonna do catwalk with Mother in Love, the new title that we all got to hear today. Mother in Love instead of Mother in Law. They got Dari Ji Jor Kuri. ਆਪਣੇ ਲਈ ਕੀ ਮੰਗੋਗੇ ਆਪਣੇ ਲਈ ਨਹੀਂ ਮੰਗੋਗੇ ਹਾਂਜੀ ਆਪਣੇ ਲਈ ਤਾਂ ਕੁਛ ਪਤਾ ਨਹੀਂ ਕੁਛ ਨਹੀਂ ਆਪਣਾ
ਜੇ ਅੱਜ ਦੇ ਟਾਈਮ ਦੇ ਵਿੱਚ ਕੁਝ ਮੰਗਣਾ ਹੋਵੇ ਨਾ ਰੱਬ ਤੋਂ ਜੇ ਮੌਕਾ ਮਿਲੇ ਤਾਂ ਪੋਜ਼ਿਟਿਵਿਟੀ ਮੰਗਣੀ ਚਾਹੀਦੀ ਹੈ ਹੈਨਾ ਪੈਸਾ ਚੀਜ਼ਾਂ ਇਹ ਸਭ ਇੱਥੇ ਰਹਿ ਜਾਂਦੀਆਂ ਜਾਣ ਦੀ ਵੈਲਿਊ ਬਹੁਤ ਹੈ ਹੈਨਾ ਆਪਣੀ ਲਾਈਫ ਇੱਕ ਬਹੁਤ ਪ੍ਰੀਸ਼ੀਅਸ ਚੀਜ਼ ਆ ਸੋ ਕਦੀ ਵੀ ਮੰਗਣਾ ਅੱਜ ਦੀ ਲਾਈਫ ਦੇ ਵਿੱਚ ਆਪਾਂ ਦੇਖਦੇ ਲਾਈਫ ਦਾ ਬਹੁਤ ਨੈਗੇਟਿਵ ਵਾਈਬਸ ਹੁੰਦੀਆਂ ਆਪਾਂ ਨੂੰ ਆਲੇ ਦੁਆਲੇ ਬਹੁਤ ਨੈਗੇਟਿਵ ਇਨਫਲੂਐਂਸ ਹੋ ਜਾਂਦੇ ਆਪਣੇ ਸੋ ਹਮੇਸ਼ਾ ਰੱਬ ਤੋਂ ਦੁਆ ਹੀ ਕਰੋ ਪੋਜ਼ਿਟਿਵ ਰੱਖੇ ਸਾਨੂੰ ਪੋਜ਼ਿਟਿਵਿਟੀ ਦੇਵੇ ਅਤੇ ਜੇ ਕੋਈ ਦੁੱਖ ਤਕਲੀਫ ਆਵੇ ਵੀ ਉਹਨੂੰ ਸਹਿਣ ਦਾ ਹੈ ਸਹਿਣ ਸ਼ਕਤੀ ਦਾ ਸੋ ਇਟਸ ਦਾ ਬੈਸਟ ਥਿੰਗ ਜਿਹੜੀ ਆਪਾਂ ਰੱਬ ਤੋਂ ਮੰਗ ਸਕਦੇ ਹਾਂ ਚੀਜ਼ਾਂ ਦਾ ਆਪਾਂ ਅਪਲਾਈ ਕਰ ਸਕਦੇ ਪੋਜ਼ਿਟਿਵ ਹੈ ਬੰਦਾ ਕੁਛ ਵੀ ਲੈ ਸਕਦਾ ਸੋ ਆਲਵੇਜ਼ ਕੀਪ ਯੂਰ ਮਾਇੰਡ ਪੋਜ਼ਿਟਿਵ ਪੋਜ਼ਿਟਿਵ ਵਾਈਬਸ ਰੱਖੋ ਤਾਂ ਕਿ ਜਿਹਨੂੰ ਵੀ ਤੁਸੀਂ ਮਿਲੋ ਉਹ ਵੀ ਬੰਦਾ ਤੁਹਾਡੇ ਤੋਂ ਪੋਜ਼ਿਟਿਵ ਵਾਈਬਸ ਲੈ ਕੇ ਜਾਵੇ ਥੈਂਕ ਯੂ ਜੀ ਬਾਗ ਤੇ ਫੁਲਕਾਰੀ ਕੀ ਫਰਕ ਹੈ ਜਿਹੜੀ ਫੁਲਕਾਰੀ ਹੈ ਮੈਮ
ਆਪਾਂ ਮੈਰਿਜ ਦੇ ਵਿੱਚ ਜਿਹੜੀ ਕੁੜੀ ਵੇਅਰ ਕਰਦੀ ਹਾਂ ਅਤੇ ਮਤਲਬ ਬਾਗ ਜਿੱਦਾਂ ਪਹਿਲਾਂ ਵਿਆਹਾਂ ਵਿੱਚ ਮਤਲਬ ਫੁਲਕਾਰੀ ਦੇ ਨਾਲ ਦਿੱਤਾ ਜਾਂਦਾ ਸੀ ਜਿਹਨੂੰ ਦੋਸੜਾ ਕਹਿੰਦੇ ਸੀ ਮੈਮ ਜ਼ਿਆਦਾ ਤਾਂ ਨਹੀਂ ਮੈਨੂੰ ਪਤਾ ਬਟ ਮੇਰੇ ਅਕੋਰਡਿੰਗਲੀ ਜਿਹੜਾ ਬਾਗ ਹੁੰਦਾ ਉਹ ਸ਼ਾਇਦ ਥੋੜ੍ਹਾ ਹੈਵੀ ਕਢਾਈ ਵਾਲਾ ਹੁੰਦਾ ਆ ਅਤੇ ਫੁਲਕਾਰੀ ਨੀਚੇ ਕੱਪੜਾ ਨਹੀਂ ਦਿਖਦਾ ਹਾਂਜੀ ਅਤੇ ਜਿਹੜੀ ਫੁਲਕਾਰੀ ਹੁੰਦੀ ਹੈ ਉਹ ਮਤਲਬ ਹਲਕੀ ਕਢਾਈ ਵਾਲੀ ਹੁੰਦੀ ਹੈ ਮਤਲਬ ਹਲਕੀ ਹੁੰਦੀ ਬਾਗ ਨਾਲ ਇਹ ਜਦੋਂ ਕਿਸੇ ਨੇ ਪਿੱਛੋਂ ਵੀ ਆਨਸਰ ਕਰਦੇ ਨਾ ਪਹਿਲਾਂ ਆਪਣਾ ਹੈਂਡ ਰੇਜ਼ ਕਰਕੇ ਹੈ ਨਾ ਜੇ ਤੁਹਾਡੇ ਜੂਰੀ ਮੈਂਬਰ ਅਲਾਓ ਕਰਦੇ ਹਾਂ ਦੱਸਣ ਤਾਂ ਦੱਸਿਆ ਕਰੋ ਐਂ ਫਿਰ ਚੰਗਾ ਹੀ ਲੱਗਦਾ ਨਾ ਕਈ ਵਾਰ ਕੁਐਸਚਨ ਆਪਾਂ ਉਹਨਾਂ ਨੂੰ ਕਰ ਦਿੰਦੇ ਪਿੱਛੋਂ ਸੋ ਵੀ ਚਲੋ ਮਤਲਬ ਅੱਗੇ ਲਈ ਕਿਹਨੇ ਬੋਲਿਆ ਫਿਰ ਅੱਗੇ ਲਈ ਹੈ ਨਾ ਧਿਆਨ ਇਹੀ ਚੀਜ਼ਾਂ ਨੇ ਇਹ ਚੀਜ਼ਾਂ ਤਾਂ ਸਿੱਖਣੀਆਂ ਬਹੁਤ ਚੀਜ਼ਾਂ ਜਿਨ੍ਹਾਂ ਵਿੱਚ ਮੈਨੂੰ ਮਤਲਬ ਫੈਮਿਲੀ ਵੱਲੋਂ ਸਪੋਰਟ ਨਹੀਂ ਮਿਲਿਆ ਜਿੱਦਾਂ ਮੈਂ ਵੈਸੇ ਨੈਸ਼ਨਲ ਪਲੇਅਰ ਰਹਿ ਚੁੱਕੀ ਹਾਂ ਇੰਟਰਨੈਸ਼ਨਲ ਦੀ ਮੇਰੀ ਸਿਲੈਕਸ਼ਨ ਹੈ ਮਾਰਸ਼ਲ ਆਰਟ ਦੇ ਵਿੱਚ ਬਟ ਮੈਨੂੰ ਉਸ ਟਾਈਮ 'ਤੇ ਕਿਸੇ ਨੇ ਸਪੋਰਟ ਨਹੀਂ ਕੀਤਾ ਫੈਮਿਲੀ ਵੱਲੋਂ ਬਟ ਅੱਜ ਸਰ ਮਤਲਬ ਮੇਰੇ ਹਸਬੈਂਡ ਮੇਰੇ ਨਾਲ ਹੀ ਆਏ ਹੋਏ ਨੇ ਮੇਰੀ ਮਦਰ ਇਨ ਲਾਅ ਮਤਲਬ ਜਿੱਦਾਂ ਪਹਿਲਾਂ ਵੀ ਸਾਰਿਆਂ ਨੇ ਮਤਲਬ ਕਿਹਾ ਕਿ ਮਦਰ ਇਨ ਲਾਅ ਮਤਲਬ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਇੱਕ ਜੇ ਤਾਂ ਵਿਸ਼ ਰੱਬ ਮੰਗਣ ਲਈ ਕਹੇ ਤਾਂ ਮੈਂ ਮਤਲਬ ਕਹਾਂਗੀ ਕਿ ਮਤਲਬ ਮੈਂ ਟਾਈਮ ਚਾਹੁੰਦੀ ਹਾਂ ਕਿ ਮਤਲਬ ਆਪਣੇ ਲਈ ਜੇ ਕੁਛ ਮੰਗਣਾ ਹੋਵੇ ਕਿ ਮੇਰੇ ਮਤਲਬ ਜਿੱਦਾਂ ਮੇਰੇ ਮਦਰ ਇਨ ਲਾਅ ਨੇ ਕਿ ਮੇਰੇ ਮਦਰ ਉੱਦਾਂ ਹੁੰਦੇ ਤਾਂ ਉਹ ਮਤਲਬ ਮੇਰੇ ਨਾਲ ਰਹਿੰਦੇ ਹੈ ਨਾ ਉਹਨਾਂ ਦੀਆਂ ਵੀ ਮਜਬੂਰੀਆਂ ਸੀ ਬਹੁਤ ਸਾਰੀਆਂ ਮਤਲਬ ਮੇਨਲੀ ਮੈਂ ਜਿਹੜੀ ਗੱਲ ਕਹਿਣਾ ਚਾਹੁੰਦੀ ਹਾਂ ਮੈਂ ਇਹ ਕਹਿਣਾ ਚਾਹੁੰਦੀ ਕਿ ਜਿਹੜੇ ਜੈਂਟਸ ਨੇ ਉਹ ਲੇਡੀ ਦੀ ਸਟਰੈਂਥ ਵੀ ਹੁੰਦੇ ਨੇ ਅਤੇ ਮਤਲਬ ਜੇ ਉਹਨੂੰ ਕੋਈ ਮਜਬੂਰੀਆਂ ਦੇ ਵਿੱਚ ਉਹ ਕਰਕੇ ਪਿੱਛੇ ਕਰ ਸਕਦਾ ਤਾਂ ਉਹ ਵੀ ਜੈਂਟਸ ਨੇ ਮਤਲਬ ਹਸਬੈਂਡ ਫਾਦਰ ਜੋ ਵੀ ਆ ਫਾਦਰ ਇਨ ਲਾਅ ਮਤਲਬ ਉਹਨਾਂ ਨੂੰ ਲੇਡੀਜ਼ ਲਈ ਖੜ੍ਹਨਾ ਚਾਹੀਦਾ ਸਪੋਰਟਿਵ ਹੋਣਾ ਚਾਹੀਦਾ ਕਿਉਂਕਿ ਸ਼ਾਇਦ ਸਾਡੇ ਮਦਰ ਸਾਡੇ ਤੋਂ ਦੂਰ ਰਹੇ ਮੈਂ ਉਹਨਾਂ ਨੂੰ ਬਹੁਤ ਟਾਈਮ ਤੋਂ ਦੇਖਿਆ ਨਹੀਂ ਮੈਨੂੰ ਪਤਾ ਵੀ ਨਹੀਂ ਉਹ ਕਿੱਥੇ ਨੇ ਕਿੱਥੇ ਨਹੀਂ ਹੈਗੇ ਹੈ ਨਾ ਮਤਲਬ ਪਰ ਮੇਰੇ ਮਦਰ ਇਨ ਲਾਅ ਨੇ ਮੇਰਾ ਬਹੁਤ ਸਪੋਰਟ ਕੀਤਾ ਅੱਜ ਮਤਲਬ ਜਦ ਮੈਂ ਆਈ ਬਾਰਿਸ਼ ਹੋ ਰਹੀ ਸੀ ਹਜੇ ਮੈਂ ਨਹੀਂ ਸੀ ਉੱਠੀ ਉਹ ਪਹਿਲਾਂ ਹੀ ਮਤਲਬ ਰਾਤ ਨੂੰ ਵੀ ਇੰਨੀ ਰਾਤ ਤੱਕ ਕਹਿੰਦੇ ਮੈਨੂੰ ਨੀਂਦ ਨਹੀਂ ਆਈ ਕਿ ਤੂੰ ਜਾਣਾ ਆ ਮਤਲਬ ਕਿਉਂਕਿ ਉਹਨਾਂ ਨੂੰ ਇਹ ਸੀ ਮਤਲਬ ਉਹ ਹਰ ਜਗ੍ਹਾ 'ਤੇ ਮੇਰੇ ਲਈ ਮਾਂ ਬਣ ਕੇ ਖੜ੍ਹਦੇ ਆ ਮਤਲਬ ਜੈਂਟਸ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਹ ਲੇਡੀਜ਼ ਦੇ ਲਈ ਸਪੋਰਟਿਵ ਹੋਣ ਉਹਨਾਂ ਨੂੰ ਮਤਲਬ ਹੌਸਲਾ ਦੇਣ ਕਿ ਉਹ ਅੱਗੇ ਆ ਸਕਣ ਕਿਉਂਕਿ ਉਹ ਆਪ ਚਾਹੇ ਆ ਸਕਣ ਬਟ ਉਹ ਆ ਨਹੀਂ ਸਕਦੀਆਂ ਜਿੰਨਾ ਟਾਈਮ ਉਹਨੂੰ ਪਿੱਛੋਂ ਸਪੋਰਟ ਨਹੀਂ ਹੁੰਦੀ ਅਤੇ ਉਹ ਹਸਬੈਂਡ ਦੀ ਸਪੋਰਟ ਹੁੰਦੀ ਹੈ ਜ਼ੋਰਦਾਰ ਤਾੜੀਆਂ ਲਾਓ ਮੈਮ ਦੇਖਿਆ ਕਿ ਜੋ ਟੈਕਨੀਕ ਦਾ ਕਰੇਜ ਟੂ ਸਪੀਕ ਆਲ ਦੀ ਥਿੰਗ ਇਨ ਫਰੰਟ ਆਫ ਕੈਮਰਾ ਉਹ ਵੀ ਲਾਈਵ ਚੱਲ ਰਿਹਾ ਹੈ ਨਾ ਚਾਹੇ ਉਹਨਾਂ ਦੇ ਆਪਣੇ ਮਤਲਬ ਤੁਸੀਂ ਵੀ ਸ਼ੇਅਰ ਕਰਿਆ ਕਰੋ ਆਪਣੇ ਨੂੰ ਐਕਸਪ੍ਰੈਸ ਕਰਿਆ ਕਰੋ ਇੱਥੇ ਆ ਕੇ ਖੁੱਲ੍ਹੇ ਵਿਊਜ਼ ਰੱਖਿਆ ਕਰੋ ਲਾਈਕ ਤੁਸੀਂ ਕੀਤਾ ਇਨ ਫਰੰਟ ਆਫ ਕੈਮਰਾ ਇਟਸ ਅ ਵੈਰੀ ਡਿਫੀਕਲਟ ਟਾਸਕ ਟੂ ਡੂ ਸੋ ਅ ਬਿਗ ਥੰਬਸ ਅਪ ਟੂ ਯੂ ਇਨ ਫਿਊਚਰ ਅਤੇ ਤੁਹਾਡੀ ਲਾਈਫ ਵਿੱਚ ਬਹੁਤ ਬਹੁਤ ਖੁਸ਼ੀਆਂ ਇਹ ਚੱਲਦਾ ਰਹਿੰਦਾ ਸ਼ੋਜ਼ ਪੇਜੈਂਟ ਚੱਲਦੇ ਰਹਿੰਦੇ ਨੇ ਸੋ ਵੀ ਐਕਸਪ੍ਰੈਸਿਵ ਜਦੋਂ ਕੋਈ ਵੀ ਸਟੇਜ 'ਤੇ ਆਉਂਦਾ ਨਾ ਹੋਬੀ ਦੇ ਇੰਟਰਸਟ ਦੇ ਸਾਰੇ ਦੱਸਦੇ ਨੇ ਟੈਲ ਸਮਥਿੰਗ ਡਿਫਰੈਂਟ ਅਬਾਊਟ ਯੂਰ ਸੈਲਫ ਵੀ ਜਿਹੜੀ ਸਾਨੂੰ ਕੁਛ ਇੰਟਰੈਕਟ ਕਰੇ ਤੁਹਾਡਾ ਇਨਵੋਲਵਮੈਂਟ ਦਵੇ ਸਾਨੂੰ ਹੈ ਨਾ ਥੈਂਕ ਯੂ ਜੀ ਦੁਬਾਰਾ ਮਾਂ ਦੇ ਦਿੱਤੀ ਕਿਉਂਕਿ ਮੇਰੀ ਮਾਂ ਦੀਆਂ ਮਜਬੂਰੀਆਂ ਸੀ ਕਿ ਮੈਨੂੰ ਮੇਰੇ ਨਾਲ ਨਹੀਂ ਰਹਿ ਸਕੀ ਮੈਨੂੰ ਪਿਆਰ ਨਹੀਂ ਦੇ ਸਕੀ ਬਟ ਮੈਨੂੰ ਦੁਬਾਰਾ ਉਹਨੇ ਮਾਂ ਦਿੱਤੀ ਜੋ ਮੇਰੇ ਲਈ ਹਰ ਟਾਈਮ ਖੜ੍ਹਦੀ ਹੈ ਈਵਨ ਮੈਂ ਮੇਰੀ ਲਵ ਮੈਰਿਜ ਹੈ ਐਕਚੁਲੀ ਅਤੇ ਬਹੁਤ ਸਾਰੇ ਫੈਮਿਲੀ ਮੈਂਬਰਸ ਨੇ ਬਾਹਰੋਂ ਵੀ ਨੇ ਜੋ ਮੈਨੂੰ ਲਾਈਕ ਨਹੀਂ ਕਰਦੇ ਬਿਕਾਜ਼ ਕਿਉਂਕਿ ਮੈਂਟੈਲਿਟੀ ਆ ਜਾਂਦੀ ਹਰ ਜਗ੍ਹਾ 'ਤੇ ਆਪਾਂ ਕੀ ਸੋਚਦੇ ਹਾਂ ਉਹਨਾਂ ਦੀ ਸੋਚ ਥੋੜ੍ਹੀ ਪੁਰਾਣੀ ਲਾਈਕ ਹੈ ਨਾ ਪਸੰਦ ਨਹੀਂ ਕਰਦੇ ਬਟ ਉਹ ਫਿਰ ਵੀ ਮੇਰੇ ਲਈ ਖੜ੍ਹਦੇ ਆ ਉਹਨਾਂ ਨਾਲ ਲੜ ਕੇ ਮੇਰੇ ਲਈ ਖੜ੍ਹਦੇ ਆ ਕਹਿਣ ਦਾ ਮਤਲਬ ਸੀ ਕਿ ਬਚਪਨ ਬੇਟਾ ਹੀ ਹੈ
ਤੁਸੀਂ ਉਹਨੂੰ ਉਹ ਸਾਰੀਆਂ ਚੀਜ਼ਾਂ ਕਰੋ ਉਹਦੇ ਨਾਲ ਜੋ ਤੁਸੀਂ ਆਪਣੇ ਮਦਰ ਨਾਲ ਕਰਨਾ ਚਾਹੁੰਦੇ ਸੀ, ਤੁਸੀਂ ਆਪਣਾ ਬਚਪਨ ਦੁਬਾਰਾ ਤੋਂ ਜੀ ਸਕਦੇ ਹੋ ਆਪਣੇ ਬੱਚੇ ਨਾਲ। ਸੋ ਅੱਜ ਤੁਸੀਂ ਇੱਥੇ ਆਇਓ ਨਾ, ਟਾਈਮ ਦਾ ਯੂਟੀਲਾਈਜ਼ ਕਰ ਰਹੇ ਹੋ, ਅੱਜ ਤੋਂ ਜੇ ਤੁਸੀਂ ਆਹ ਅਗਲੇ ਸਾਲ ਸੋਚਦੇ ਯਾਰ ਪਿਛਲੇ ਸਾਲ ਕਾਸ਼ ਮੈਂ ਚੱਲਦਾ ਜੋ, ਟਾਈਮ ਵਾਪਸ ਆ ਜਾਂਦਾ। ਸੋ ਲਿਵ ਇਨ ਯੂਰ ਪ੍ਰੈਜੈਂਟ, ਕਦੇ ਵੀ ਆਪਣੇ ਪਾਸਟ ਨੂੰ ਆਪਣੇ ਫਿਊਚਰ ਜਾਂ ਆਪਣੇ ਪ੍ਰੈਜੈਂਟ 'ਤੇ ਓਵਰਕਮ ਨਾ ਹੋਣ ਦਿਓ। ਹਮੇਸ਼ਾ ਆਪਣੇ ਬੰਦੇ ਨੂੰ ਲਾਈਫ 'ਚ ਪ੍ਰੈਜੈਂਟਲੀ ਜੀਣਾ ਚਾਹੀਦਾ। ਕੱਲ੍ਹ ਦਾ ਕਿਸੇ ਨੂੰ ਨਹੀਂ ਪਤਾ, ਤੁਸੀਂ ਹੋ ਮੈਂ ਹਾਂ ਕੋਈ ਵੀ ਹੈ ਨਹੀਂ ਹੈ, ਕੱਲ੍ਹ ਦਾ ਕਿਸੇ ਨੂੰ ਨਹੀਂ ਪਤਾ ਕੋਈ ਕੌਣ ਹੈਗਾ ਕੌਣ ਨਹੀਂ। ਸੋ ਆਲਵੇਜ਼ ਲਿਵ ਯੂਰ ਲਾਈਫ ਇਨ ਪ੍ਰੈਜੈਂਟ, ਪ੍ਰੈਜੈਂਟ 'ਚ ਖੁਸ਼ ਰਹੋ, ਬਾਕੀ ਚੀਜ਼ਾਂ ਦੇਖੋ। ਉਹ ਤਾਂ ਚਲੋ ਸਰ ਹੈ, ਮਤਲਬ ਜੋ ਕੰਪਰੋਮਾਈਜ਼ ਕਿਉਂ ਕਰਨਾ ਪੈਂਦਾ ਜ਼ਿਆਦਾ?
ਕਰਨਾ ਚਾਹੀਦਾ ਕਰਨਾ ਦੋਨਾਂ ਲਈ ਚਾਹੀਦਾ ਹੈ ਬਟ ਲੌਂਗ ਜਿਹੜਾ ਕਹਿ ਲਓ ਰਿਲੇਸ਼ਨ ਉੱਥੇ ਚੱਲਦਾ ਜਿੱਥੇ ਲੇਡੀ ਕੰਪਰੋ ਕਰਦੀ ਹੈ ਬਿਲਕੁਲ ਸਹੀ ਇਟ ਡਿਪੈਂਡਸ ਔਨ ਦ ਲੇਡੀ ਉਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੀ ਹੈ ਉਸ ਚੀਜ਼ ਨੂੰ ਕਿੱਦਾਂ ਮੋਲਡ ਕਰਦੀ ਹੈ ਕਿੱਦਾਂ ਮੋਟੀਵੇਟ ਕਰਦੀ ਹੈ ਮੇਰੇ ਹਿਸਾਬ ਨਾਲ ਕਿ ਲੇਡੀ ਦੇ ਉੱਤੇ ਹੈ ਉਸ ਚੀਜ਼ ਨੂੰ ਕਿੱਦਾਂ ਅਗਰ ਉਹਦੇ ਅੰਦਰ ਪੇਸ਼ੈਂਸ ਨਹੀਂ ਹੈ ਤਾਂ ਕੁਝ ਪੋਸੀਬਲ ਚਿੱਤ ਜਾਣ ਨੂੰ ਨਾ ਕਰੇ ਤੇਰੀ ਜਾਣ ਦਾ ਵੇ ਮੈਂ ਜਿੰਨੀ
ਅਗਲੀ ਵਾਰੀ ਮਿਲਾਂ ਤੈਨੂੰ ਸੋਹਣਿਆ ਚਿੱਤ ਜਾਣ ਨੂੰ ਨਾ ਕਰੇ ਥੋੜੀ ਜਾਣ ਦਾ ਥੈਂਕ ਯੂ ਜੀ ਇਹ ਗਾਣਾ ਮੇਰਾ ਨੈਕਸਟ ਆ ਰਿਹਾ ਕੁੜੀ ਕਹਿੰਦੀ ਹੋਵੇ ਜਿੰਨੀ ਵਾਰੀ ਮਿਲਾਂ ਤੈਨੂੰ ਸੋਹਣਿਆ ਚਿੱਤ ਜਾਣ ਨੂੰ ਨਾ ਕਰੇ ਤੇਰੀ ਜਾਣ ਦਾ ਸੋ ਉਮੀਦ ਕਰਦਾ ਜਲਦੀ ਉਹ ਗਾਣਾ ਰਿਲੀਜ਼ ਕਰੂੰਗਾ ਅਤੇ ਸਾਰਿਆਂ ਨੂੰ ਵਧੀਆ ਲੱਗੂਗਾ ਥੈਂਕ ਯੂ ਜੀ ਥੈਂਕ ਯੂ ਸੋ ਮਚ Thank you.
with this, we complete with the catwalk round in a group for all our participants.